ਦੋਸਤੋ ਅੱਜ ਦੀ ਵੀਡੀਓ ਬੜੀ ਇੰਪੋਰਟੈਂਟ ਹੈ ਤੇ ਲਿਹਾਜ਼ਾ ਜਿਹੜੀ ਵੀਡੀਓ ਹੈ ਪੂਰੀ ਦੇਖਣਾ ਕਿਉਂਕਿ ਅੱਜ ਦੀ ਵੀਡੀਓ ਵਿੱਚ ਮੈਂ ਤਿੰਨ ਇਸ ਤਰ੍ਹਾਂ ਦੇ ਤੁਹਾਨੂੰ ਉਸੂਲ ਦੱਸਾਂਗਾ ਜਿਨ੍ਹਾਂ ਨਾਲ ਤੁਹਾਡੀ ਜ਼ਿੰਦਗੀ ਨ ਕਾਮਯਾਬ ਹੋ ਜਾਏਗੀ ਇਹ ਉਹ ਉਸੂਲ ਹੈ ਜਿਹੜੇ ਕਿ ਗੁਰੂ ਨਾਨਕ ਸਾਹਿਬ ਨੇ ਖੁਦ ਦੱਸੇ ਹੈ ਇਹਨਾਂ ਉਸੂਲਾਂ ਤੇ ਚੱਲ ਗਏ ਅਗਰ ਤੁਸੀਂ ਚੱਲੋਗੇ ਤੇ ਤੁਹਾਡੀ ਜ਼ਿੰਦਗੀ ਤੁਸੀਂ ਦੇਖਣਾ ਕਿਸ ਤਰ੍ਹਾਂ ਕਾਮਯਾਬੀ ਤਰਫ ਚੱਲ ਜਾਏਗੀ ਤੁਹਾਡੀ ਜ਼ਿੰਦਗੀ ਦੇ ਪਰੇਸ਼ਾਨੀਆਂ ਦੁੱਖ ਟੈਨਸ਼ਨਾਂ ਜਿਹੜੀਆਂ ਮੈਂ ਉਹ ਸਾਰੀਆਂ ਦੂਰ ਹੋ ਜਾਣਗੀਆਂ ਸੋ ਚੱਲ ਕੇ ਉਹ ਉਸੂਲਾਂ ਦੇ ਬਾਰੇ ਜਾਣਨੇ ਆ ਤੇ ਬਾਕੀ ਗੱਲਾਂ ਅਸੀਂ ਬਾਅਦ ਵਿੱਚ ਕਰਾਂਗੇ ਮੇਰਾ WhatsApp ਨੰਬਰ ਆ ਰਿਹਾ ਹੈ ਜੇ ਤੁਸੀਂ ਮੈਨੂੰ ਵੀਡੀਓ ਸੈਂਡ ਕਰ ਸਕਦੇ ਜੇ ਫੇਸਬੁੱਕ ਤੇ ਮੇਰੇ ਪੇਜ ਨੂੰ ਲਾਈਕ ਕਰੋ ਗੋ ਪਿਆਰੀ ਸਾ ਸੰਗਤ ਜੀ ਇੱਕ ਵਾਰ ਦੀ ਗੱਲ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਜੀਵਾਂ ਦਾ ਉਧਾਰ ਕਰਦੇ ਕਰਦੇ ਡਾਕੇ ਸ਼ਹਿਰ ਵਿੱਚ ਪਹੁੰਚ ਗਏ ਉੱਥੇ ਇੱਕ ਬਹੁਤ ਵੱਡਾ ਜ਼ਿੰਮੀਦਾਰ ਰਹਿੰਦਾ ਸੀ ਜਿਸ ਨੂੰ ਲੋਕ ਪਿਆਰ ਵੱਲੋਂ ਭੂਮੀਆਂ ਜੀ ਅਰਥਾਤ ਭੂਮੀ ਦਾ ਸਵਾਮੀ ਕਹਿੰਦੇ ਸਨ ਉਹ ਇੱਕ ਜ਼ਿੰਮੇਵਾਰਤਾ ਹੈ ਸੀ ਪਰ ਨਾਲੋਂ ਨਾਲ ਚੋਰੀ ਦਾ ਕੰਮ ਵੀ ਕਰਦਾ ਸੀ ਪਰ ਉਸਨੇ ਆਪਣੇ ਘਰ ਲੰਗਰ ਲਗਾ ਰੱਖਿਆ ਸੀ ਚੋਰੀ ਕਰਕੇ ਉਹ ਜੋ ਕੁਝ ਲਿਆਵੇ ਉਹ ਗਰੀਬਾਂ ਨੂੰ ਲੰਗਰ ਰਾਈ ਵੰਡ ਦਿਆ ਕਰਦਾ ਸੀ ਉਸਨੇ ਨਗਰ ਵਾਸੀਆਂ ਨੂੰ ਇਹ ਹਦਾਇਤ ਦਿੱਤੀ ਹੋਈ ਸੀ ਕਿ ਨਗਰ ਵਿੱਚ ਕੋਈ ਸਾਧ ਫਕੀਰ ਆਵੇ ਉਸਨੂੰ ਤੁਸੀਂ ਆਪਣੇ ਕੋਲ ਨਹੀਂ ਠਹਿਰਾਉਣਾ ਬਲਕਿ ਮੇਰੇ ਘਰ ਭੇਜ ਦੇਣਾ ਹੈ ਭੂਮੀਆਂ ਨੇ ਆਪਣੇ ਘਰ ਵਿੱਚ ਇੱਕ ਧਰਮਸ਼ਾਲਾ ਬਣਵਾਈ ਹੋਈ ਸੀ ਅਤੇ ਅੱਥੇ ਪੈਰ ਲੰਗਰ ਚੱਲਦਾ ਰਹਿੰਦਾ ਸੀ ਜੋ ਕੋਈ ਉਸ ਦੇ ਘਰ ਆਵੇ ਤਾਂ ਰੋਟੀ ਪਾਣੀ ਸ਼ਿਕਾਇਬ ਵਗੈਰ ਨਾ ਜਾਣ ਦੇਵੀਂ। ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਉਸ ਨਗਰ ਵਿੱਚ ਗਏ ਤਾਂ ਇੱਕ ਸਥਾਨ ਉੱਤੇ ਜਾ ਕੇ ਬੈਠ ਗਏ। ਲੋਕਾਂ ਨੇ ਗੁਰੂ ਜੀ ਦੇ ਪੈਰਾਂ ਤੇ ਮੱਥਾ ਟੇਕਿਆ। ਲੋਕਾਂ ਨੇ ਕਿਹਾ ਆਪ ਇੱਥੇ ਨਾ ਬੈਠੋ ਜੀ। ਗੁਰੂ ਨਾਨਕ ਜੀ ਨੇ ਕਿਹਾ ਕਿ ਬਸਤੀ ਦੇਖ ਕਰ ਸੀ ਇੱਥੇ ਬੈਠ ਗਏ ਹਾਂ ਤਾਂ ਲੋਕਾਂ ਨੇ ਦੱਸਿਆ ਕਿ ਪਿੰਡ ਦੇ ਚੌਧਰੀ ਨੇ ਸਾਨੂੰ ਸਾਰਿਆਂ ਨੂੰ ਹੁਕਮ ਕੀਤਾ ਹੈ ਕਿ ਜੋ ਵੀ ਸਾਧ ਫਕੀਰ ਆਵੇ ਉਸ ਨੂੰ ਉਸ ਦੇ ਘਰ ਭੇਜਿਆ ਜਾਵੇ ਗੁਰੂ ਜੀ ਨੇ ਕਿਹਾ ਕਿ ਚਲੋ ਫਿਰ ਅਸੀਂ ਉਸ ਦੇ ਘਰ ਹੀ ਚਲੇ ਚਲਦੇ ਹਾਂ ਆਪ ਜੀ ਉੱਥੋਂ ਉੱਠ ਕੇ ਭੂਮਿਏ ਦੇ ਘਰ ਚਲੇ ਗਏ ਭੂਮਿਏ ਨੂੰ ਜਦੋਂ ਪਤਾ ਲੱਗਾ ਤਾਂ ਉਸ ਨੇ ਆ ਕੇ ਮੱਥਾ ਟੇਕਿਆ ਥੋੜੀ ਦੇਰ ਬਾਅਦ ਭੂਮਿਏ ਨੇ ਆ ਕੇ ਬੇਨਤੀ ਕੀਤੀ ਕੀ ਲੰਗਰ ਤਿਆਰ ਹੈ ਜੀ ਆਪ ਸੇਵਨ ਕਰੋ ਗੁਰੂ ਜੀ ਨੇ ਭੂਮੇ ਨੂੰ ਪੁੱਛਿਆ ਪਾਈ ਪੁਰਖਾ ਇਹ ਦੱਸ ਕਿ ਤੂੰ ਕਿਰਤ ਕੀ ਕਰਦਾ ਹੈ ਅੱਠੇ ਪੈਰ ਲੰਗਰ ਲਗਾ ਰੱਖਦਾ ਹੈ ਇਹ ਕਿੱਥੋਂ ਗੁਜ਼ਾਰਾ ਹੁੰਦਾ ਹੈ ਗੁਰੂ ਜੀ ਦੇ ਦਰਸ਼ਨ ਕਰਕੇ ਭੂਮੇ ਦਾ ਮਨ ਪਹਿਲਾਂ ਹੀ ਪਵਿੱਤਰ ਅਤੇ ਨਿਰਮਲ ਹੋ ਗਿਆ ਸੀ ਉਸਨੇ ਕੋਈ ਗੱਲ ਨਾ ਛੁਪਾਈ ਅਤੇ ਗੁਰੂ ਜੀ ਨੂੰ ਸਾਫ਼-ਸਾਫ਼ ਦੱਸ ਦਿੱਤਾ ਕਿ ਮੈਂ ਦਿਨ ਵੇਲੇ ਡਾਕਾ ਮਾਰਦਾ ਹਾਂ ਅਤੇ ਰਾਤ ਨੂੰ ਚੋਰੀ ਕਰ ਲੈਂਦਾ ਹਾਂ ਗੁਰੂ ਸਾਹਿਬ ਕਹਿਣ ਲੱਗੇ ਫਿਰ ਤਾਂ ਭਾਈ ਅਸੀਂ ਤੇਰਾ ਲੰਗਰ ਨਹੀਂ ਛਕਾਂਗੇ ਇਹ ਸੁਣ ਕੇ ਭੂਮਿਆ ਬਹੁਤ ਨਿਰਾਸ਼ ਹੋਇਆ ਅਤੇ ਉਸਨੇ ਗੁਰੂ ਦੇਵ ਦੇ ਚਰਨ ਫੜ ਲਏ ਅਤੇ ਕਹਿਣ ਲੱਗਾ हे ਗੁਰੂ ਦੇਵ ਮੈਂ ਤੁਹਾਡੀ ਹਰ ਇੱਕ ਆਗਿਆ ਦਾ ਪਾਲਨ ਕਰਾਂਗਾ ਬਸ ਇੱਕ ਵਾਰ ਮੇਰਾ ਭੋਜਨ ਕਬੂਲ ਕਰੋ ਜੀ ਇਸ ਉੱਤੇ ਗੁਰੂ ਦੇਵ ਨੇ ਕਿਹਾ ਲੋਕਾਂ ਨੂੰ ਲੁੱਟਣਾ ਛੱਡ ਦੇ ਅਤੇ ਇਮਾਨਦਾਰੀ ਨਾਲ ਪੈਸਾ ਕਮਾਵੋ ਇਹ ਵਚਨ ਸੁਣ ਕੇ ਭੂਮਿਆ ਕਹਿਣ ਲੱਗਾ ਗੁਰੂਦੇਵ ਜੀ ਇਹ ਕਾਰ ਤਾਂ ਮੇਰੇ ਕੁਲੂ ਛੁਟਨੀ ਨਹੀਂ ਇਹ ਸਾਡਾ ਕੰਮ ਤਾਂ ਪਿਓ ਦਦੇ ਤੋਂ ਚੱਲਿਆ ਆ ਰਿਹਾ ਹੈ ਇਸ ਦੇ ਲਾਵਾ ਕੋਈ ਵੀ ਵਚਨ ਮੈਨੂੰ ਕਹੋਗੇ ਮੈਂ ਮਨ ਲਵਾਗਾ ਗੁਰੂਦੇਵ ਨੇ ਉਸ ਦੀ ਕਠਿਨਾਈ ਨੂੰ ਸਮਝਿਆ ਅਤੇ ਕਿਹਾ ਕਿ ਠੀਕ ਹੈ ਜੇਕਰ ਤੁਸੀਂ ਸਾਡਾ ਪਹਿਲਾ ਵਚਨ ਨਹੀਂ ਮੰਨਣਾ ਚਾਹੁੰਦੇ ਤਾਂ ਕੋਈ ਗੱਲ ਨਹੀਂ ਪਰ ਉਸ ਇੱਕ ਦੇ ਸਥਾਨ ਉੱਤੇ ਹੁਣ ਤਿੰਨ ਵਚਨਾਂ ਦਾ ਪਾਲਨ ਕਰਨਾ ਹੋਵੇਗਾ ਭੂਮੀਆਂ ਸਹਿਮਤ ਹੋ ਗਿਆ ਗੁਰੂ ਦੇਵ ਨੇ ਕਿਹਾ ਸਾਡਾ ਪਹਿਲਾ ਵਚਨ ਹੈ ਕਿ ਤੂੰ ਝੂਠ ਨਹੀਂ ਬੋਲੇਗਾ ਭੂਮੀਆਂ ਨੇ ਕਿਹਾ ਸਤਿ ਵਚਨ ਜੀ ਅਜਿਹਾ ਹੀ ਹੋਵੇਗਾ ਤਦ ਗੁਰੂ ਦੇਵ ਨੇ ਕਿਹਾ ਦੂਜਾ ਵਚਨ ਹੈ ਕਿ ਗਰੀਬਾਂ ਦਾ ਸ਼ੋਸ਼ਣ ਨਹੀਂ ਕਰੋਗੀ ਨਾ ਹੀ ਹੁੰਦੇ ਦੇਖੇਗਾ ਤੀਸਰਾ ਵਚਨ ਹੈ ਜਿਸ ਦਾ ਲੂਣ ਖਾਦਾ ਹੋਵੇ ਉਸ ਦੇ ਨਾਲ ਦਗਾ ਨਹੀਂ ਕਰਨਾ ਭੂਮੀਏ ਨੇ ਇਹ ਤਿੰਨੋਂ ਵਚਨ ਖੁਸ਼ੀ ਨਾਲ ਪਾਲਨ ਕਰਨੇ ਸਵੀਕਾਰ ਕਰ ਲਵੇ ਗੁਰੂ ਦੇਵ ਨੇ ਫਿਰ ਕਿਹਾ ਪਰ ਹੁਣੇ ਜੋ ਭੋਜਨ ਸਾਨੂੰ ਕਰਾਓਗੇ ਉਹ ਪੈਸਾ ਤੂੰ ਮਿਹਨਤ ਕਰਕੇ ਕਮਾ ਕੇ ਲਿਆਉਗੀ ਭੂਮੀਏ ਨੇ ਇਸ ਗੱਲ ਲਈ ਵੀ ਮਨਜ਼ੂਰੀ ਦੇ ਦਿੱਤੀ ਅਤੇ ਆਪ ਜੰਗਲ ਵਿੱਚ ਜਾ ਕੇ ਉੱਥੇ ਬਾਲਨ ਦੇ लायक ਲੱਕੜੀਆਂ ਦਾ ਗੱਠਰਾ ਲਿਆ ਕੇ ਬਾਜ਼ਾਰ ਵਿੱਚ ਵੇਚਿਆ ਉਸਦੇ ਮਿਲੇ ਦਾਮ ਵੱਲੋਂ ਰਸਦ ਲਿਆ ਕੇ ਭੋਜਨ ਤਿਆਰ ਕਰਕੇ ਗੁਰੂ ਦੇਵ ਨੂੰ ਸੇਵਨ ਕਰਾਇਆ ਗੁਰੂ ਦੇਵ ਸੰਤੁਸ਼ਟ ਹੋਏ ਅਤੇ ਆਸ਼ੀਰਵਾਦ ਦਿੱਤਾ ਕਿ ਤੁਹਾਡਾ ਕਲਿਆਣ ਜਰੂਰ ਹੋਵੇਗਾ ਗੁਰੂ ਦੇਵ ਦੇ ਜਾਣ ਦੇ ਬਾਅਦ ਭੂਮੀਆਂ ਨੂੰ ਲੰਗਰ ਚਲਾਣ ਲਈ ਪੈਸਿਆਂ ਦੀ ਲੋੜ ਪਈ ਤਾਂ ਉਹ ਸੋਚਣ ਲੱਗਾ ਕਿ ਹੁਣ ਪੈਸਾ ਕਿੱਥੋਂ ਪ੍ਰਾਪਤ ਕੀਤਾ ਜਾਵੇ ਗਰੀਬਾਂ ਦਾ ਸ਼ੋਸ਼ਣ ਤਾਂ ਕਰਨਾ ਨਹੀਂ ਹੈ ਅੰਤ ਉਸਨੇ ਰਾਜ ਮਹਿਲ ਵਿੱਚ ਚੋਰੀ ਕਰਨ ਦੀ ਯੋਜਨਾ ਬਣਾਈ ਕਿਉਂਕਿ ਰਾਜੇ ਦੇ ਘਰੋਂ ਬਹੁਤ ਮਾਲ ਮਿਲ ਜਾਵੇਗਾ ਇਹ ਸੋਚ ਕੇ ਉਸਨੇ ਬੜੀ ਚੰਗੀ ਰਾਜਕੁਮਾਰਾਂ ਵਾਲੀ ਪੋਸ਼ਾਕ ਪਾਈ ਹੀਰੇ ਮੋਤੀਆਂ ਨਾਲ ਜੜੇ ਹੋਏ ਕੱਪੜੇ ਪਾਏ ਸੀਸ ਤੇ ਦਸਤਾਰ ਸਜਾ ਕੇ ਅੱਧੀ ਰਾਤ ਵੇਲੇ ਰਾਜੇ ਦੇ ਮਹਿਲਾਂ ਵੱਲ ਚੱਲ ਪਿਆ ਮਹਿਲਾਂ ਦੀ ਡਿਊਟੀ ਤੇ ਜਾ ਕੇ ਖੜਾ ਹੋਇਆ ਤਾਂ ਸੰਤਰੀ ਨੇ ਰੋਕਿਆ ਅਤੇ ਪੁੱਛਿਆ ਕਿ ਤੂੰ ਕੌਣ ਹੈ ਇਸ ਵੇਲੇ ਕਿੱਧਰ ਜਾ ਰਿਹਾ ਹੈ ਉਮੀਨੂ ਗੁਰੂ ਨਾਨਕ ਜੀ ਨਾਲ ਕੀਤਾ ਬਚਨ ਯਾਦ ਆਇਆ ਕਿ ਹਮੇਸ਼ਾ ਸੱਚ ਬੋਲਣਾ ਹੈ ਉਸ ਨੂੰ ਸੋਚਾਂ ਵਿੱਚ ਪਾ ਦਿੱਤਾ ਪਰ ਉਸਨੇ ਸੱਚ ਬੋਲਣ ਦਾ ਦ੍ਰਿੜ ਇਰਾਦਾ ਕੀਤਾ ਹੋਇਆ ਸੀ ਕੁਝ ਗੁੱਸੇ ਵਿੱਚ ਆਕਾ ਲੱਗਾ ਕਿ ਮੈਂ ਚੋਰ ਹਾਂ ਸੰਤਰੀਆਂ ਨੇ ਜਦੋਂ ਉਸ ਦਾ ਲਿਬਾਸ ਦੇਖਿਆ ਤਾਂ ਉਹ ਟਟੰਬਰ ਗਈ ਕਿ ਮਤਾ ਕੋਈ ਰਾਜਕੁਮਾਰ ਹੀ ਨਾ ਹੋਵੇ ਤੇ ਜੇਕਰ ਇਸ ਨੂੰ ਅੰਦਰ ਜਾਣ ਨਾ ਦਿੱਤਾ ਤਾਂ ਕੱਲ ਨੂੰ ਨੌਕਰੀ ਤੋਂ ਛੁੱਟੀ ਹੋ ਜਾਵੇਗੀ ਉਹਨਾਂ ਨੇ ਅੰਦਰ ਲੰਗਾ ਦਿੱਤਾ ਅੰਦਰ ਜਾ ਕੇ ਹੁਣ ਭੂਮੀਆਂ ਸੋਚਦਾ ਹੈ ਕਿ ਰਾਜੇ ਦੇ ਤੋਸ਼ੇਖਾਨੇ ਦੀ ਭਾਲ ਕੀਤੀ ਜਾਵੇ ਹੌਲੇ ਹੌਲੇ ਲਬਦਾ ਲਬਦਾ ਉਹ ਖਜ਼ਾਨੇ ਵਾਲੇ ਕਮਰੇ ਵਿੱਚ ਪਹੁੰਚ ਗਿਆ ਜਿੱਥੇ ਰਾਜੇ ਦੇ ਅਤੇ ਰਾਣੀਆਂ ਦੇ ਅਨੇਕ ਤਰ੍ਹਾਂ ਦੇ ਬਸਤਰ ਤੇ ਗਹਿਣੇ ਰੱਖੇ ਹੋਏ ਸਨ ਉਸ ਨੇ ਸ਼ਾਂਤ ਸ਼ਾਂਤ ਕੇ ਸੋਨੇ ਬਸਤਰ ਅਤੇ ਵੱਡਮੁੱਲੇ ਗਹਿਣੇ ਦੀ ਗਠਰੀ ਬਣ ਲਈਤੀ ਇੱਕ ਬਰਤਨ ਵਿੱਚ ਉੱਪਰਲੇ ਪਾਸੇ ਰਾਜਲੀ ਚੂਰਨ ਰੱਖਿਆ ਹੋਇਆ ਸੀ ਉਸ ਨੂੰ ਚੁੱਕ ਕੇ ਵੇਖਣ ਲੱਗਾ ਕਿ ਇਹ ਕੀ ਚੀਜ਼ ਹੈ ਇਸ ਤਰ੍ਹਾਂ ਤਾਂ ਉਸ ਵਸਤੂ ਦਾ ਪਤਾ ਨਾ ਲੱਗਿਆ ਕੀ ਵਸਤੂ ਹੈ ਕਿਸ ਕੰਮ ਆਵੇਗੀ ਉਸ ਨੇ ਉਸ ਨੂੰ ਉਂਗਲੀ ਨਾਲ ਲਬੇੜ ਕੇ ਮੂੰਹ ਵਿੱਚ ਪਾ ਲਈ ਸਵਾਦ ਚੱਖਿਆ ਉਸ ਦੇ ਵਿੱਚ ਲੂਣ ਵੀ ਮਿਲਿਆ ਹੋਇਆ ਸੀ ਜਦੋਂ ਲੂਣ ਦਾ ਸਵਾਦ ਆਇਆ ਉਸ ਨੂੰ ਗੁਰੂ ਨਾਨਕ ਜੀ ਦਾ ਦੂਜਾ ਬਚਨ ਯਾਦ ਆਇਆ ਕਿ ਕਿਸੇ ਦਾ ਲੋਨ ਖਾ ਕੇ ਹਰਾਮ ਨਹੀਂ ਕਰਨਾ ਉਹ ਸੋਚੀ ਪੈ ਗਿਆ ਅਤੇ ਸਾਰੇ ਬਸਤਰ ਗਹਿਣੇ ਆਦੀ ਛੱਡ ਕੇ ਖਾਲੀ ਹੱਥ ਬਾਹਰ ਨਿਕਲ ਗਿਆ ਦੂਜੀ ਸਵੇਰੇ ਜਦੋਂ ਰਾਜੇ ਨੇ ਆਪਣੇ ਖਜ਼ਾਨੇ ਵੱਲ ਨਿਗਾਹ ਮਾਰੀ ਤਾਂ ਕੀ ਵੇਖਦਾ ਹੈ ਕਿ ਉੱਤੇ ਸਾਰਾ ਸਮਾਨ ਕਿਲਰਿਆ ਪਿਆ ਹੈ ਕੁਝ ਗਠਰੀਆਂ ਬੰਨੀਆਂ ਪੀਆਂ ਹਨ ਉਸਨੇ ਸਮਾਨ ਚੈੱਕ ਕੀਤਾ ਪਰ ਕੋਈ ਵੀ ਗਹਿਣਾ ਆਦੀ ਗੁੰਮ ਨਹੀਂ ਸੀ ਉਹ ਹੈਰਾਨ ਹੋਇਆ ਅਤੇ ਸਮਝਿਆ ਕਿ ਕੋਈ ਚੋਰ ਆਇਆ ਹੈ ਉਸਨੇ ਚੋਰੀ ਕੀਤੀ ਹੈ ਪਰ ਸਮਾਨ ਸਾਰਾ ਇੱਥੇ ਹੀ ਛੱਡ ਗਿਆ ਹੈ ਰਾਜਨੀ ਸੰਤਰੀ ਨੂੰ ਬੁਲਾਇਆ ਅਤੇ ਪੁੱਛਿਆ ਦੱਸੋ ਇੱਥੇ ਰਾਤ ਕੌਣ ਆਇਆ ਹੈ ਸੱਚ-ਸੱਚ ਦੱਸੋ ਦਰਵਾਣਾ ਨੇ ਅਰਜ਼ ਕੀਤੀ ਮਹਾਰਾਜ ਜੀ ਇੱਕ ਆਦਮੀ ਆਇਆ ਸੀ ਜਿਸਨੇ ਬੜੇ ਚੰਗੇ ਬਸਤਰ ਪਹਿਨੇ ਹੋਏ ਸਨ ਗਹਿਣੇ ਵੀ ਪਾਏ ਹੋਏ ਸਨ ਦਰਵਾਜ਼ੇ ਦੇ ਅੰਦਰ ਜਾ ਲੱਗਾ ਅਸੀਂ ਉਸ ਨੂੰ ਪੁੱਛਿਆ ਤੂੰ ਕੌਣ ਹੈ ਕਿੱਥੇ ਜਾ ਰਿਹਾ ਹੈ ਇਸ ਵਕਤ ਰਾਤ ਨੂੰ ਕਿਸ ਨੂੰ ਮਿਲਣਾ ਹੈ ਉਸਨੇ ਕਿਹਾ ਭਾਈ ਮੈਂ ਚੋਰ ਹਾਂ ਉਸਦੇ ਪਹਿਰਾਵੇ ਵੱਲ ਵੇਖ ਕੇ ਅਸੀਂ ਕਿਹਾ ਕਿ ਇਹ ਸਾਨੂੰ ਮਜ਼ਾਕ ਕਰਦਾ ਹੈ ਚੋਰ ਨਹੀਂ ਹੋ ਸਕਦਾ ਕੋਈ ਰਾਜਕੁਮਾਰ ਹੋਵੇਗਾ ਅਸੀਂ ਅੰਦਰ ਜਾਣ ਦਿੱਤਾ ਰਾਜਾ ਜੀ ਹੋਰ ਤਾਂ ਕੋਈ ਨਹੀਂ ਆਇਆ ਰਾਜੇ ਨੇ ਕਿਹਾ ਉਸ ਆਦਮੀ ਦੀ ਤਲਾਸ਼ ਕਰੋ ਤਿੰਨ ਦਿਨ ਨਗਰ ਵਿੱਚ ਟੰਡੋਰਾ ਫੇਰਦੀ ਰਹੀ ਪਰ ਚੋਰ ਦਾ ਕੋਈ ਪਤਾ ਨਾ ਲੱਗਾ ਤਾਂ ਰਾਜੇ ਨੇ ਹੁਕਮ ਕਰ ਦਿੱਤਾ ਕਿ ਜੋ ਵੀ ਬਦਮਾਸ਼ ਅਤੇ ਨਕਮੇ ਲੋਕ ਹਨ ਉਹਨਾਂ ਨੂੰ ਮਾਰ ਕੁੱਟ ਕੇ ਪਤਾ ਕਰੋ ਚੋਰ ਕੌਣ ਹੈ ਇਸੇ ਤਰ੍ਹਾਂ ਹੋਇਆ ਰਾਜੀ ਦੇ ਬੰਦੇ ਗਰੀਬਾਂ ਤਿੰਨਕਮੇ ਬੰਦਿਆਂ ਨੂੰ ਫੜ ਕੇ ਮਾਰਨ ਕੁੱਟਣ ਲੱਗੇ ਚੁਣ-ਚੁਣ ਕੇ ਭੈੜੇ ਬੰਦਿਆਂ ਨੂੰ ਮਾਰਦੇ ਕੁੱਟਦੇ ਗਏ ਗੱਲ ਸਾਰੇ ਫੈਲ ਗਈ ਭੂਮੀਏ ਨੂੰ ਵੀ ਪਤਾ ਚੱਲ ਗਿਆ ਉਸ ਨੂੰ ਗੁਰੂ ਨਾਨਕ ਜੀ ਦਾ ਤੀਜਾ ਬਚਨ ਯਾਦ ਆਇਆ ਕਿ ਭਾਈ ਗਰੀਬ ਮਾਰ ਨਹੀਂ ਕਰਨੀ ਉਹ ਸੋਚਣ ਲੱਗਾ ਕਿ ਰਾਜੇ ਵੱਲੋਂ ਜੋ ਗਰੀਬਾਂ ਨੂੰ ਮਾਰ ਕੁੱਟ ਪੁਵਾਈ ਜਾ ਰਹੀ ਹੈ ਇਹ ਮੇਰੇ ਕਰਕੇ ਹੀ ਹੈ ਉਸਨੇ ਰਾਜੇ ਕੋਲ ਜਾ ਕੇ ਬੇਨਤੀ ਕੀਤੀ ਰਾਜਾ ਜੀ ਇਹਨਾਂ ਗਰੀਬਾਂ ਨੂੰ ਛੱਡ ਦਿਓ ਤੁਹਾਡਾ ਚੋਰ ਤਾਂ ਮੈਂ ਹਾਂ ਮੇਰੇ ਕੋਲੋਂ ਪੁੱਛ ਗਿਸ਼ ਕਰ ਲਵੋ ਰਾਜੇ ਨੇ ਬਾਕੀ ਸਾਰੇ ਲੋਕ ਛੱਡ ਦਿੱਤੇ ਅਤੇ ਭੂਮੀਆਂ ਨੂੰ ਬਿਠਾ ਲਿਆ ਰਾਜਾ ਹੁਣ ਪੁੱਛਦਾ ਹੈ ਕੀ ਭਾਈ 10 ਜੇ ਤੂੰ ਚੋਰ ਹੈ ਤਾਂ ਮੇਰੇ ਤੋਸੇਖਾਨੇ ਵਿੱਚ ਚੋਰੀ ਕਰਦਾ ਕਰਦਾ ਸਮਾਨ ਬੰਨ ਕੇ ਖਾਲੀ ਹੱਥ ਕਿਉਂ ਚਲਾ ਗਿਆ ਉਸ ਸਮੇਂ ਤੇਰੇ ਮਨ ਵਿੱਚ ਕੀ ਆਇਆ ਭੂਮਿਏ ਨੇ ਕਿਹਾ ਸੁਣੋ ਰਾਜਾ ਜੀ ਮੈਨੂੰ ਪੂਰਾ ਗੁਰੂ ਮਿਲਿਆ ਹੈ ਰਾਜਾ ਪੁੱਛਦਾ ਹੈ ਉਹ ਕਿਹੜਾ ਹੈ ਉਸਨੇ ਕਿਹਾ ਗੁਰੂ ਨਾਨਕ ਦੇਵ ਜੀ ਹਨ ਜਿਨ੍ਹਾਂ ਨੇ ਮੈਨੂੰ ਤਿੰਨ ਬਚਨਾ ਉੱਤੇ ਪੂਰਾ ਉਤਰ ਲਿਆ ਆਖਿਆ ਸੀ ਭੂਮਿਏ ਨੇ ਸਾਰੀ વાર્ਤਾ ਸੁਣਾਈ ਅਤੇ ਸਮਾਨ ਛੱਡ ਜਾਣ ਚੋਰੀ ਨਾ ਕਰਨ ਦੀ ਗੱਲ ਦੱਸੀ ਤਾਂ ਰਾਜਾ ਹੈਰਾਨ ਰਹਿ ਗਿਆ ਰਾਜੇ ਨੇ ਭੂਮੀਏ ਨੂੰ ਸ਼ਾਬਾਸ਼ ਦਿੱਤੀ ਅਤੇ ਕਿਹਾ ਕਿ ਬਲੀਹਾ ਰਹਾ ਤੇਰੇ ਤੇ ਜਿਸ ਨੇ ਗੁਰੂ ਦੇ ਬਚਨ ਨੂੰ ਦ੍ਰਿੜਤਾ ਨਾਲ ਨਿਭਾਇਆ ਹੈ ਤੇਰਾ ਗੁਰੂ ਧੰਨ ਹੈ ਜਿਸ ਨੇ ਐਸਾ ਉਪਦੇਸ਼ ਦਿੱਤਾ ਅਤੇ ਧੰਨ ਹੈ ਤੂੰ ਜਿਸ ਨੇ ਨਿਸ਼ਚੇ ਨਾਲ ਗੁਰੂ ਦੇ ਉਪਦੇਸ਼ ਨੂੰ ਨਿਭਾਇਆ ਹੈ ਆਪਣੀ ਜਾਨ ਖਤਰੇ ਵਿੱਚ ਵੀ ਪਾ ਕੇ ਗੁਰੂ ਬਚਨਾ ਤੇ ਪੂਰਾ ਉਤਰਿਆ ਹੈ ਇਸ ਤੋਂ ਬਾਅਦ ਭੂਮਿਏ ਨੇ ਚੋਰੀ ਆਦੀ ਬਿਲਕੁਲ ਹੀ ਛੱਡ ਦਿੱਤੀ ਰਾਜੇ ਨੂੰ ਵੀ ਧਰਮਸ਼ਾਲਾ ਬਣਾਉਣ ਲਈ ਆਖਿਆ ਭੂਮਿਏ ਉੱਤੇ ਰਾਜਾ ਇੰਨਾ ਖੁਸ਼ ਹੋਇਆ ਕਿ ਉਸ ਨੂੰ ਆਪਣੇ ਵਜੀਰਾ ਵਿੱਚ ਥਾਂ ਦੇ ਦਿੱਤੀ ਇਸ ਤੋਂ ਬਾਅਦ ਉਹ ਰਾਜਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਰਮ ਭਗਤ ਬਣ ਗਿਆ ਉਸ ਦੇ ਇੱਥੇ ਔਲਾਦ ਨਹੀਂ ਸੀ ਉਸ ਦੇ ਇਸ ਦੁੱਖ ਨੂੰ ਵੇਖਦੇ ਹੋਏ ਸਤ ਸੰਗ ਵਿੱਚ ਇੱਕ ਦਿਨ ਵਿਚਾਰ ਹੋਇਆ ਕਿ ਰਾਜਾ ਲਈ ਗੁਰੂ ਚਰਣਾ ਵਿੱਚ ਔਲਾਦ ਦੀ ਕਾਮਨਾ ਕੀਤੀ ਜਾਵੇ। ਅੰਤ ਕੁੱਲ ਸੰਗਤ ਨੇ ਇੱਕ ਦਿਨ ਮਿਲ ਕੇ ਪ੍ਰਭੂ ਚਰਣਾ ਵਿੱਚ ਅਰਦਾਸ ਕੀਤੀ ਕਿ हे ਭਗਵਾਨ ਤੁਸੀਂ ਕਿਰਪਾ ਕਰੋ ਸਾਡੇ ਰਾਜੇ ਦੇ ਇੱਥੇ ਇੱਕ ਪੁੱਤ ਦਾ ਦਾਣ ਦੇ ਕੇ ਉਸ ਨੂੰ ਨਿਹਾਲ ਕਰੋ। ਅਰਦਾਸ ਸਵੀਕਾਰ ਹੋਈ ਪਰ ਰਾਜੇ ਦੇ ਇੱਥੇ ਪੁੱਤਰ ਦੇ ਥਾਂ ਉੱਤੇ ਉਤਰੀ ਨੇ ਜਨਮ ਲਿਆ। ਰਾਜੇ ਨੇ ਨਵਜਾਤ ਬੱਚੇ ਨੂੰ ਮੁੰਡਿਆਂ ਦੀ ਤਰ੍ਹਾਂ ਪਾਲਣ-ਪੋਸ਼ਣ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਉਸ ਦਾ ਵਿਸ਼ਵਾਸ ਸੀ ਕਿ ਸੰਗਤ ਨੇ ਮੇਰੇ ਲਈ ਪੁੱਤਰੀ ਕਾਮਨਾ ਕੀਤੀ ਸੀ ਅੰਤ ਇਹ ਬਾਲਕ ਪੁੱਤ ਹੀ ਹੈ ਪੁੱਤਰੀ ਨਹੀਂ ਸਮਾਬਤਿਤ ਹੋਣ ਲੱਗਾ ਬਾਲਕ ਦੇ ਜਵਾਨ ਹੋਣ ਉੱਤੇ ਉਸ ਦਾ ਰਿਸ਼ਤਾ ਇੱਕ ਕੁੜੀ ਦੇ ਨਾਲ ਤੈਅ ਕਰ ਦਿੱਤਾ ਗਿਆ ਜਦੋਂ ਰਾਜਾ ਬਰਾਤ ਲੈ ਕੇ ਆਪਣੇ ਕੁੜਮ ਦੇ ਇੱਥੇ ਜਾ ਰਿਹਾ ਸੀ ਤਾਂ ਰਸਤੇ ਜੰਗਲ ਵਿੱਚ ਇੱਕ ਹਿਰਨ ਵਿਖਾਈ ਦਿੱਤਾ ਜਿਸਨਾਂ ਸ਼ਿਕਾਰ ਕਰਨ ਲਈ ਰਾਜਕੁਮਾਰ ਦੁਲੇ ਨੇ ਜੋ ਕਿ ਵਾਸਤਵ ਵਿੱਚ ਕੁੜੀ ਸੀ ਨੇ ਪਿੱਛਾ ਕੀਤਾ ਜਿਸ ਕਾਰਨ ਉਹ ਬਰਾਤਿਆਂ ਵੱਲੋਂ ਵਿਛੜ ਗਿਆ ਦੁਲੇ ਨੂੰ ਭਟਕਦੇ ਹੋਏ ਕੁਝ ਸਾਧੂ ਭਜਨ ਕਰਦੇ ਵਿਖਾਈ ਦਿੱਤੇ ਉਹ ਉਨ੍ਹਾਂ ਦੇ ਕੋਲ ਰਸਤਾ ਪੁੱਛਣ ਅਪੜਿਆ ਅਤੇ ਸਿਰ ਝੁਕਾ ਕੇ ਪ੍ਰਣਾਮ ਕੀਤਾ ਸਾਧੂਆਂ ਨੇ ਕਿਹਾ ਆਉ ਪੁੱਤਰ ਜੀ ਬਸ ਫਿਰ ਕੀ ਸੀ ਦੁਲੇ ਦਾ ਕਾਇਆ ਕਲਪ ਹੋ ਕੇ ਉਹ ਨਾਰੀ ਵੱਲੋਂ ਨਰਪੁਰਖ ਰੂਪ ਹੋ ਕੇ ਅਸਲੀ ਦੁਲਾ ਬਣ ਗਿਆ ਜਦੋਂ ਬਰਾਤ ਦਾ ਸਵਾਗਤ ਹੋ ਰਿਹਾ ਸੀ ਤਾਂ ਕਿਸੇ ਨਿੱਧਖੋਰ ਨੇ ਵਦੂਪਕ ਨੂੰ ਸੂਚਿਤ ਕੀਤਾ ਕਿ ਵਰ ਤਾਂ ਪੁਰਖ ਨਹੀਂ ਬਲਕਿ ਨਾਰੀ ਹੈ ਇਸ ਉੱਤੇ ਵਦੂਪਕ ਵਾਲਿਆਂ ਨੇ ਦੁਲੇ ਦੀ ਪ੍ਰੀਖਿਆ ਲੈਣ ਲਈ ਇੱਕ ਯੋਜਨਾ ਬਣਾਈ ਉਹਨਾਂ ਨੇ ਕਿਹਾ ਅਸੀਂ ਫੈਰੇ ਹੋਣ ਤੋਂ ਪਹਿਲਾਂ ਦੁਲੇ ਨੂੰ ਆਪਣੇ ਇੱਥੇ ਇਸ਼ਨਾਨ ਕਰਵਾਉਣਾ ਚਾਹੁੰਦੇ ਹਾਂ ਕਿਉਂਕਿ ਇਹ ਸਾਡੀ ਪ੍ਰਥਾ ਹੈ ਜਦੋਂ ਇਸ਼ਨਾਨ ਕਰਾਇਆ ਗਿਆ ਤਾਂ ਉੱਥੇ ਤਾਂ ਨਾਰੀ ਵੱਲੋਂ ਨਰ ਰੂਪ ਕਾਇਆ ਕਲਪ ਹੋ ਚੁੱਕਿਆ ਸੀ ਸੋ ਸਾਧ ਸੰਗਤ ਜੀ ਜੇਕਰ ਤੁਹਾਨੂੰ ਇਹ ਸਾਂਖੀ ਪਸੰਦ ਹਾਈ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ ਫੈਂਟਸਟਿਕ ਫੈਂਟਸਟਿਕ ਦੋਸਤੋ ਅੱਜ ਦੀ ਵੀਡੀਓ ਤੋਂ ਸਾਨੂੰ ਇਹ ਪਤਾ ਚੱਲਿਆ ਕਿ ਜਿਹੜਾ ਝੂਠ ਹੈ ਨਾ ਇਹ ਸਭ ਬੁਰਾਈਆਂ ਦੀ ਜੜ੍ਹ ਹੈ ਅਗਰ ਅਸੀਂ ਝੂਠ ਬੋਲਣਾ ਆਪਣੀ ਜ਼ਿੰਦਗੀ ਵਿੱਚ ਛੱਡ ਲਈਏ ਨਾ ਤੇ ਤੁਸੀਂ ਦੇਖਣਾ ਕਿ ਸਾੜਾਂ ਸੀ ਨਾ ਹੌਲੀ-ਹੌਲੀ ਹਰ ਜਿਹੜੀਆਂ ਬੁਰਾਈਆਂ ਨਾ ਉਹ ਸਾਡੇ ਕੋਲ ਛੁੱਟ ਜਾਣਗੀਆਂ ਕਿਉਂਕਿ ਹਰ ਬੁਰਾਈ ਹਰ ਪੁੱਠੇ ਕੰਮ ਦੇ ਪਿੱਛੇ ਝੂਠ ਹੁੰਦਾ ਵੈ ਜਿੰਦ ਤੱਕ ਝੂਠ ਨਹੀਂ ਬੋਲਾਂਗੇ ਉਹ ਕੰਮ ਸਾਡਾ ਛੁੱਪ ਨਹੀਂ ਸਕਦਾ ਤੇ ਲਿਹਾਜ਼ਾ ਅਗਰ ਅਸੀਂ ਚਾਹਨੇ ਆਂ ਕਿ ਜ਼ਿੰਦਗੀ ਵਿੱਚ ਕਾਮਯਾਬ ਹੋਈਏ ਤੇ ਅਸੀਂ ਝੂਠ ਨੂੰ ਛੱਡ ਲਈਏ ਇਹ ਤਿੰਨ ਉਹ ਸੁਨਹਿਰੀ ਸੂਤਲ ਹੈ ਜਿਨ੍ਹਾਂ ਦੇ ਅਮਲ ਕਰਨਾ ਬਹੁਤ ਮੁਸ਼ਕਲ ਹੈ ਜਿਹੜਾ ਬੰਦਾ ਇਹਨਾਂ ਦੇ ਇੱਕ ਵਾਰ ਅਮਲ ਕਰ ਲੇਗਾ ਨਾ ਮੁਸ਼ਕਿਲਾਂ ਦੇ ਵਿੱਚੋਂ ਗੁਜ਼ਰ ਜਾਏਗਾ ਪਹਿਲੇ ਤਾਂ ਇਮਤਿਹਾਨ ਹੋਏਗਾ ਉਹ ਇਮਤਿਹਾਨ ਉਹ ਮੁਸ਼ਕਿਲਾਂ ਅਗਰ ਪੂਰੀਆਂ ਕਰ ਲਏਗਾ ਨਾ ਤੇ ਫਿਰ ਤੁਸੀਂ ਦੇਖਣਾ ਕਿ ਕਿਸ ਤਰ੍ਹਾਂ ਨਾ ਉਹਦੀ ਜ਼ਿੰਦਗੀ ਕਾਮਯਾਬੀ ਹਲ ਤਰ ਪੈਂਦੀ ਉਹਨੇ ਕਦੀ ਸੋਚਿਆ ਵੀ ਨਹੀਂ ਹੋਏਗਾ ਕਿਸ ਤਰ੍ਹਾਂ ਕੜੀਆਂ ਨਾਲ ਕੜੀਆਂ ਮਿਲਣਗੀਆਂ ਤੇ ਉਹ ਦੁਨੀਆ ਦੇ ਕਾਮਯਾਬ ਹੋ ਜਾਏਗਾ ਉਹਨੂੰ ਕੋਈ ਪਰੇਸ਼ਾਨੀ ਕਿਸੇ ਕਿਸਮ ਦਾ ਮਸਲਾ ਨਹੀਂ ਹੋਏਗਾ ਇਹ ਤਿੰਨ ਬੜੇ ਸੁਨਹਿਰੀ ਸੂਤਰ ਹੈ ਜਿਹੜੇ ਗੁਰੂ ਨਾਨਕ ਸਾਹਿਬ ਨੇ ਦੱਸੇ ਹੈ ਇਹ ਉਸੂਲ ਹੈ ਜਿਨ੍ਹਾਂ ਤੇ ਚੱਲ ਕੇ ਬੰਦਾ ਵਾਹਿਗੁਰੂ ਨੂੰ ਪਾ ਸਕਦਾ ਹੈ ਉਹਨਾਂ ਦੀ ਵਾਹਿਗੁਰੂ ਦੀ ਜਿਹੜੀ ਹੈ ਉਹ ਕਹਿ ਸਕਦਾ ਕਿ ਉਹਨਾਂ ਦਾ ਖਾਸ ਨਜ਼ਰ ਵਿੱਚ ਆ ਸਕਦਾ ਹੈ ਕਿਉਂਕਿ ਇਹ ਹੀ ਉਸੂਲ ਜਿਹੜੇ ਹੈ ਇਹ ਤੁਹਾਨੂੰ ਇੱਕ ਚੰਗਾ ਇਨਸਾਨ ਬਣਾਉਣਗੇ ਤੇ ਬੁਰਾਈ ਤੋਂ ਬਚਾਉਣਗੇ ਕਮੈਂਟ ਕਰਕੇ ਮੈਨੂੰ ਆਪਣੀ رائے ਦੇ ਬਾਰੇ ਲਾਜ਼ਮੀ ਤੌਰ ਤੇ ਅਗਾਹ ਕਰਨਾ